ਕਿੱਦਾਂ ਦਾ ਲੱਗ ਰਿਹਾ ਪੀਸੀਟੀ ਦੇ ਵਿੱਚ? ਵਧੀਆ ਕਾਲਜ ਆ, ਬਸ ਥੋੜੇ ਅਜੇ ਤਾਂ ਨਏ ਆ ਤੇਰੇ ਘਰ। ਇਹ ਕਿੱਦਾਂ ਦੀ ਲੱਗੀ? ਵਧੀਆ ਨੇ। ਓ ਨੋ, ਕੋਈ ਕੁੜੀ ਪਸੰਦ ਆਈ? ਨਹੀਂ ਅਜੇ ਤੱਕ ਨਾ, ਨਹੀਂ। ਬਸ ਇਦਾਂ ਹੀ, ਉਹਨਾਂ ਟਾਈਮ ਨਹੀਂ ਮਿਲਦਾ ਦੇਖਣ ਦਾ। ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦੀ, ਤੁਸੀਂ ਉਹਦਾ ਮੈਨੂੰ ਪੰਜਾਬੀ ਦੇ ਵਿੱਚ ਜਵਾਬ ਦਿਓ। 86 ਨੂੰ ਕੀ ਕਹਿੰਦੇ ਨੇ? ਪਤਾ ਨਹੀਂ। ਤੇ ਇੱਕ ਹੋਰ, 55 ਨੂੰ ਕੀ ਕਹਿੰਦੇ ਨੇ? 72। ਦੇਖ ਲਈ ਅੱਜ ਕਿੰਨੀ ਕੁ ਜ਼ਿਆਦਾ ਹਿੰਦੀ ਹੈ ਪੰਜਾਬੀ ਇਹਨਾਂ ਦੀ। ਸਾਨੂੰ ਪਹਿਲਾਂ ਤਾਂ ਹੀ ਪਤਾ ਸੀ। ਤੁਹਾਡੇ ਤਿੰਨਾਂ ਦੇ ਕਿੰਨਾ ਟਾਈਮ ਹੋ ਗਿਆ ਤੁਹਾਡੇ ਤਿੰਨਾਂ ਦੀ ਫਰੈਂਡਸ਼ਿਪ? ਸਾਲ ਹੋ ਗਿਆ। ਤੁਹਾਡੀ ਚਾਰਾਂ ਦੀ ਜਾਂ ਤਿੰਨਾਂ ਦੀ ਜਿਹੜੀ ਗੰਦੀ ਆਦਤ ਹੈ ਕਿਹੜੀ ਹੈ, ਕਿ ਸਭ ਤੋਂ ਜ਼ਿਆਦਾ ਗੰਦੀ ਆਦਤ ਇਹਦੀ ਇਹ ਆ, ਇਹ ਤਾਂ ਮੈਂ ਇਰੀਟੇਟ। ਬਹੁਤ ਗੰਦੇ ਜੋਕ ਮਾਰਦੀ ਹੈ। ਇਹ ਤਾਂ ਤੁਹਾਨੂੰ ਕਿਹੜੀ ਲੱਗਦੀ ਹੈ ਇਹਨਾਂ ਦੀ? ਬਹੁਤ ਗੰਦੇ ਤਰੀਕੇ ਨਾਲ ਖਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਨੇਹਾ ਮਲਿਕ। ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ PCT ਕਾਲਜ, ਜਿੱਥੇ ਕਿ ਸਾਡੇ ਨਾਲ ਬਹੁਤ ਜ਼ਿਆਦਾ ਜਿਹੜੇ ਸਟੂਡੈਂਟਸ ਨੇ ਉਹ ਮੌਜੂਦ ਨੇ। ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ, ਪੁੱਛ ਲੈਂਦੇ ਉਹਨਾਂ ਦੀ ਨੌਲੇਜ ਕਿੰਨੀ ਕੁ ਜ਼ਿਆਦਾ ਅਤੇ ਕਲਾਸ ਦੇ ਵਿੱਚ ਕਿੰਨੇ ਕੁ ਜ਼ਿਆਦਾ ਖੱਪ ਕਰਦੇ ਨੇ ਅਤੇ ਕਿੱਦਾਂ ਆਪਣੀ ਲਾਈਫ ਨੂੰ ਜਿਹੜੇ ਕਾਲਜ ਲਾਈਫ ਨੂੰ ਜਿਹੜੇ ਇੰਜੋਏ ਕਰ ਰਹੇ ਨੇ। ਹੈਲੋ, ਹਾਈ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਜੋਤੀ ਕੁਮਾਰੀ ਹੈ। ਜੋਤੀ ਕੁਮਾਰੀ। ਅੱਛਾ, ਕਿਹੜੇ ਡਿਪਾਰਟਮੈਂਟ ਤੋਂ? ਮੈਂ ਫਾਰਮੇਸੀ। ਫਾਰਮੇਸੀ ਦਾ। ਅੱਛਾ, ਇੱਕ ਗੱਲ ਪੁੱਛੋ, ਫਾਰਮੇਸੀ ਦੇ ਬੱਚੇ ਕਹਿੰਦੇ ਬਹੁਤ ਜ਼ਿਆਦਾ ਪੜਾਕ ਹੁੰਦੇ, ਸਹੀ ਗੱਲ ਹੈ ਕਿ ਇੱਦਾਂ ਹੀ ਹੈ? ਕਿਉਂਕਿ ਨਾ ਹਮੇ ਪੜ੍ਹਨਾ ਪੜਤਾ ਹੈ ਬਹੁਤ ਜ਼ਿਆਦਾ, ਸਟੱਡੀਜ਼ ਇਤਨੀ ਮੁਸ਼ਕਿਲ ਹੋਤੀ ਹੈ, ਦੈਟਸ ਵਾਈ ਇਸ ਲਈ ਹਮੇ ਕਹਤੇ ਹੈ ਕਿ ਹਮ ਬਹੁਤ ਜ਼ਿਆਦਾ ਪੜ੍ਹਤੇ ਹੋਤੇ ਹੈ। ਅੱਛਾ, ਸਭ ਤੋਂ ਜ਼ਿਆਦਾ ਡਰ ਕੀ ਤੋਂ ਲੱਗਦਾ? ਪ੍ਰੈਜੈਂਟੇਸ਼ਨ ਤੋਂ ਡਰ ਲੱਗਦਾ, ਕਿਉਂਕਿ ਮੈਨੂੰ ਤਾਂ ਪ੍ਰੈਜੈਂਟੇਸ਼ਨ ਤੋਂ ਬਹੁਤ ਡਰ ਲੱਗਦਾ। ਲੱਗਦਾ ਤਾਂ ਹੈ, ਬਟ ਐਟ ਸਮ ਪੁਆਇੰਟ ਇਟ ਗਿਵਸ ਕੋਨਫੀਡੈਂਸ ਟੂ ਅਸ। ਅਤੇ ਥੋੜ੍ਹੀ ਜਿਹੀ ਤੁਹਾਡੀ ਜਿਹੜੀ ਨੌਲੇਜ ਆ ਉਹਦਾ ਟੈਸਟ ਲੈ ਲਈ ਜੀ। ਅੱਛਾ, 95 ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਨੇ? 95। ਪੱਕੀ ਗੱਲ ਹੈ ਜੀ? ਸੋਚ ਲਓ ਜੀ। ਅੱਛਾ, 58 ਨੂੰ ਕੀ ਕਹਿੰਦੇ ਨੇ? 58 ਸ਼ਾਇਦ, ਆਮ ਨੋਟ ਸ਼ੋਰ। ਸੋ ਤੁਹਾਡਾ ਫੇਵਰੇਟ ਕਲਰ ਕਿਹੜਾ ਹੈ? ਮੇਰਾ ਫੇਵਰੇਟ ਕਲਰ ਬਲੈਕ ਹੈ। ਬਲੈਕ ਹੈ। ਅੱਛਾ, ਕੁੜੀਆਂ ਦਾ ਵੀ ਮੁੰਡੇ ਦਾ ਵੀ ਸਾਰਾ ਇਹਦੇ ਬਲੈਕ ਹੈ, ਅਤੇ ਚੱਕਰ ਕੀ ਹੈ? ਪਤਾ ਨਹੀਂ, ਬਸ ਮੈਨੂੰ ਬਲੈਕ ਕਲਰ ਅੱਛਾ ਲੱਗਦਾ ਹੈ ਬਹੁਤ ਜ਼ਿਆਦਾ ਜੀ। ਅਤੇ ਫਿਰ ਹੁਣ ਲਾਈਫ ਬਾਰੇ ਕੀ ਸੋਚੇ? ਲਾਈਫ ਮੇ ਫਿਲਹਾਲ ਤਾਂ ਮੇਰਾ ਮੋਟਿਵ ਇਹ ਹੈ ਕਿ ਡਿਗਰੀ ਕਲੀਅਰ ਕਰਨੀ ਹੈ, ਉਸਕੇ ਬਾਅਦ ਆਈ ਹੈਵ ਟੂ ਡੂ ਸਮਥਿੰਗ ਜਿਸਸੇ ਮੈਂ ਮੰਮੀ ਪਾਪਾ ਕਾ ਨਾਮ ਰੋਸ਼ਨ ਹੋ। ਹੋਰ ਕਾਲਜ ਬਾਰੇ ਕੀ ਕਹਿਣਾ ਚਾਹੋਗੇ? ਕਾਲਜ ਦੀ ਕੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ? ਕਾਲਜ ਕੀ ਹਰ ਬਾਤ ਹੀ ਅੱਛੀ ਹੈ, ਮੈਨੂੰ ਤਾਂ ਲੱਗਦਾ ਹੈ। ਐਸੇ ਸਟਾਫ ਵੀ ਬਹੁਤ ਅੱਛਾ ਹੈ ਯਹਾਂ ਕਾ, ਪੜ੍ਹਾਤੇ ਬਹੁਤ ਅੱਛਾ ਹੈ। ਐਂਡ ਤਾਂ ਨਹੀਂ ਦੱਸ ਰਹੇ ਕਿ ਟੀਚਰਸ ਨਾ ਸੁਣ ਲੈਣ ਕਿ ਤੈਨੂੰ PPT ਦੇ ਨੰਬਰ ਕੱਟ ਦੇਣੇ? ਨਹੀਂ ਨਹੀਂ। ਸੋ ਅਸੀਂ ਗੱਲ ਕਰ ਲੈਂਦੇ, ਸਾਡੇ ਨਾਲ ਇੱਕ ਹੋਰ ਗਰੁੱਪ ਮੌਜੂਦ ਹੈ। ਹੈਲੋ ਜੀ। ਹੈਲੋ, ਕੀ ਨਾਮ ਆ ਤੁਹਾਡਾ? ਕਿਰਨਪ੍ਰੀਤ। ਕਿਰਨਪ੍ਰੀਤ। ਹਾਂਜੀ। ਤੁਹਾਡਾ? ਗੁਨਗੁਨ। ਗੁਨਗੁਨ। ਅਮਨ। ਅਮਨ। ਅੱਛਾ, ਤੁਹਾਡੇ ਤਿੰਨਾਂ ਦਾ ਗਰੁੱਪ ਆ, ਹੈ ਨਾ? ਤੁਹਾਡੇ ਤਿੰਨਾਂ 'ਚ ਖੱਪ ਸਭ ਤੋਂ ਜ਼ਿਆਦਾ ਕੌਣ ਕਰਦਾ? ਇੰਟਰਨਲ ਘੱਟ ਲੱਗ ਗਈ ਸੀਗੀ। ਬਹੁਤ ਗੰਦੀ ਹੋਈ ਆ। ਸਭ ਤੋਂ ਜ਼ਿਆਦਾ ਖੱਪ ਕਿਤੇ ਪਾਉਂਦੇ ਹੋ, ਕਲਾਸ ਰੂਮ ਦੇ ਵਿੱਚ ਜਾਂ ਫਿਰ ਕੰਟੀਨ ਦੇ ਵਿੱਚ ਜਾਂ ਫਿਰ? ਹਾਂਜੀ। ਮੈਨੂੰ ਵੀ ਆਪਣੇ ਟਾਈਮ ਬੜੀ ਬੇਕਾਰ ਲੱਗਦੀ ਸੀ, ਤੁਹਾਨੂੰ ਕਿਹਨੂੰ ਕਿਹਨੂੰ ਬੇਕਾਰ ਲੱਗਦੀ? ਨਹੀਂ, ਪਹਿਲਾਂ ਬੇਕਾਰ ਲੱਗਦੀ ਸੀ, ਹੁਣ ਤਾਂ ਆਦਤ ਹੋ ਗਈ। ਤੇ ਅੱਛਾ, ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦੀ, ਤੁਸੀਂ ਉਹਦਾ ਮੈਨੂੰ ਪੰਜਾਬੀ ਦੇ ਵਿੱਚ ਜਵਾਬ ਦਿਓ। ਅੱਛਾ, 23 ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ? 23। 23 ਕਹਿੰਦੇ ਨੇ, ਪੱਕੀ ਗੱਲ ਆ? ਹਾਂਜੀ। 65 ਨੂੰ ਕੀ ਕਹਿੰਦੇ ਨੇ? 65। 65 ਕਹਿੰਦੇ ਨੇ। ਅੱਛਾ, 86 ਨੂੰ ਕੀ ਕਹਿੰਦੇ ਨੇ? ਪਤਾ ਨਹੀਂ, ਸੱਚੀ ਨਹੀਂ ਪਤਾ। ਦੇਖ ਲਓ, ਕਿਸੇ ਦੀ ਹੈਲਪਲਾਈਨ ਲੈਣੀ ਕੀ ਕਹਿੰਦੇ ਨੇ? 86। ਮੈਨੂੰ ਲੱਗਦਾ ਕੁੜੀ ਨੇ ਸਿਰਫ CBSE ਕੀਤੀ ਹੋਈ ਹੈ। CBSE ਤਾਂ ਆਪਾਂ ਵੀ ਪੜ੍ਹੇ ਆ। ਤਾਂ ਵੀ ਪੜ੍ਹੇ ਆ, ਤਾਂ ਵੀ ਨਹੀਂ ਇਹਨਾਂ ਨੂੰ ਪਤਾ। ਸਾਨੂੰ ਤਾਂ ਪਤਾ ਹੀ ਆ। ਓਕੇ, ਤੇ ਇੱਕ ਹੋਰ, 55 ਨੂੰ ਕੀ ਕਹਿੰਦੇ ਨੇ? ਸੌਖਾ ਹੀ। 72। 92। 72 ਕਦੇ 92 ਕੀ ਕਹਿੰਦੇ ਨੇ? 55।
ਸਾਰੇ ਤਾਂ ਠੀਕ ਹੀ ਹੁੰਦੇ ਵੈਸੇ ਇਸ ਨਹੀਂ ਇਹ ਸਮੈਸਟਰ ਵਧੀਆ ਸਾਰੇ ਲੈਕਚਰ ਵਧੀਆ ਹੁੰਦੇ ਅੱਛਾ ਤੁਹਾਡੇ ਤਿੰਨਾਂ ਦੇ ਕਿੰਨਾ ਟਾਈਮ ਹੋ ਗਿਆ ਤੁਹਾਡੇ ਤਿੰਨਾਂ ਦੀ ਫਰੈਂਡਸ਼ਿਪ ਨੂੰ ਸਾਲ ਕੁ ਹੋ ਗਿਆ ਕਿਹੜੀ ਤੁਹਾਡੀ ਚਾਰਾਂ ਦੀ ਹੈ ਤਿੰਨਾਂ ਦੀ ਜਿਹੜੀ ਗੰਦੀ ਆਦਤ ਹੈ ਕਿਹੜੀ ਹੈ ਕਿ ਸਭ ਤੋਂ ਜ਼ਿਆਦਾ ਗੰਦੀ ਆਦਤ ਇਹਦੀ ਇਹ ਹੈ ਇਹ ਤਾਂ ਮੈਂ ਇਰੀਟੇਟ ਹੁੰਦਾ ਬਹੁਤ ਗੰਦੇ ਜੋਕ ਮਾਰਦੀ ਅੱਛਾ ਕਿਹੜਾ ਜੋਕ ਮਾਰਦਾ ਜੇ ਗਰੁੱਪ ਦੇ ਵਿੱਚ ਆਏ ਹੁੰਦਾ ਨਾ ਜੇ ਇੱਕ ਨੇ ਛੁੱਟੀ ਕਰ ਲਈ ਤਾਂ ਪੂਰਾ ਗਰੁੱਪ ਜਿਹੜਾ ਉਹ ਛੁੱਟੀ ਕਰਨ ਲੱਗ ਜਾਂਦਾ ਹੈ ਥੋੜਾ ਬਹੁਤ ਘੁਲ ਗਏ ਆ ਬਾਕੀ ਅੱਗੇ ਦੀ ਹੋਪ ਹੈ ਕਿ ਵਧੀਆ ਰਹੇਗਾ ਅੱਛਾ ਪ੍ਰੈਜੈਂਟੇਸ਼ਨ ਹੋ ਗਈ ਨਹੀਂ ਹਲੇ ਐਕਚੁਅਲੀ ਕੱਲ ਨੂੰ ਹੀ ਹੈ ਤਿਆਰੀ ਹੋ ਚੱਲਦੀ ਹੈ ਤਿਆਰੀ ਤਾਂ ਆਲਮੋਸਟ ਜਾਂਦੇ ਪਰ ਫਿਰ ਵੀ ਹਲੇ ਥੋੜੀ ਜੱਕ ਨਹੀਂ ਖੁੱਲੀ ਸਟ੍ਰੈਸ ਹੈ ਥੋੜੀ ਠੀਕ ਹੈ ਅੱਛਾ ਇੱਕ ਗੱਲ ਦੱਸੋ ਤੁਸੀਂ ਦੋਨੇ ਮਤਲਬ ਕਦੋਂ ਤੋਂ ਫਰੈਂਡ ਬਣੇ ਹੋ ਪਹਿਲਾਂ ਦੇ ਹੋ ਕਿ ਹੁਣ ਸੋ ਅਸੀਂ ਸਕੂਲ ਟਾਈਮ ਤੋਂ ਇਕੱਠੇ ਹਾਂ ਲਾਸਟ 2 ਇਅਰ ਅਸੀਂ ਇਕੱਠੀ ਸਟੱਡੀ ਕੀਤੀ ਹੈ ਅਤੇ ਹੁਣ ਇਕੱਠੀ ਕੋਲਜ ਲੱਗਿਆ ਹੁਣ ਡਿਪਾਰਟਮੈਂਟ ਅਲੱਗ ਅਲੱਗ ਹੈ ਬੀਕੌਮ ਬੀਬੀਏ ਪਰ ਜਦੋਂ ਵੀ ਬ੍ਰੇਕ ਮਿਲਦੀ ਹੈ ਉਦੋਂ ਮਿਲ ਲਈਦਾ ਤੇ ਮੈਂ ਤੁਹਾਡੇ ਤੋਂ ਕੁਛ ਇੰਗਲਿਸ਼ ਦੇ ਵਿੱਚ ਪੁੱਛੂੰਗੀ ਤੁਸੀਂ ਉਹਦਾ ਜਵਾਬ ਪੰਜਾਬੀ 'ਚ ਦੇਣਾ ਹੈ ਓਕੇ ਓਕੇ ਠੀਕ ਹੈ ਅੱਛਾ 86 ਨੂੰ ਕੀ ਕਹਿੰਦੇ ਪੰਜਾਬੀ ਦੇ ਵਿੱਚ 86 ਪੱਕੀ ਗੱਲ ਹੈ ਤੇ 98 ਨੂੰ 98 ਪੱਕੀ ਗੱਲ ਹੈ ਪੱਕੀ 53 ਨੂੰ 53 44 ਨੂੰ 44 11 ਨੂੰ 11 ਵਧੀਆ ਕਾਲਜ ਆ ਬਸ ਥੋੜੇ ਅਜੇ ਤਾਂ ਨਏ ਆ ਫਿਰ ਥੋੜੇ ਥੋੜੇ ਖੁੱਲਣਾ ਵਾ ਅਜੇ ਤਾਂ ਇੱਕ ਮਹੀਨਾ ਵੀ ਨਹੀਂ ਹੋਇਆ ਤੇਰੇ ਤੇਰੇ ਕਿੰਨੀਆਂ ਕਿੱਦਾਂ ਦੀ ਲੱਗੀ ਵਧੀਆ ਨੇ ਅਜੇ ਕੋਈ ਕੁੜੀ ਪਸੰਦ ਆਈ ਨਹੀਂ ਅਜੇ ਤੱਕ ਨਾ ਨਹੀਂ ਬਸ ਇਦਾਂ ਹੀ ਉਹਨਾਂ ਟਾਈਮ ਨਹੀਂ ਮਿਲਦਾ ਦੇਖਣ ਦਾ ਪੜ੍ਹਾਈ ਦੇ ਵਿੱਚ ਕਿਹੜਾ ਸਬਜੈਕਟ ਸਭ ਤੋਂ ਵਧੀਆ ਅਜੇ ਤੱਕ ਕੁਝ ਪੜ੍ਹਾਈ ਨਹੀਂ ਹੋਈ ਨਹੀਂ ਮਤਲਬ ਅਜੇ ਤਾਂ ਬੇਸਿਕ ਹੀ ਚੱਲਦਾ ਪਿਆ ਨਾ ਕਿ ਮਤਲਬ ਕਿਉਂਕਿ ਆਰਟਸ ਵਾਲੇ ਵੀ ਨੇ ਹਾਂ ਇਸ ਕਰਕੇ ਉਹਨਾਂ ਨਹੀਂ ਹੋਇਆ ਬਾਕੀ ਅਕਾਊਂਟਸ ਫੇਵਰੇਟ ਆ ਸਭ ਤੋਂ ਪ੍ਰੈਜੈਂਟੇਸ਼ਨ ਤੁਹਾਡੀ ਵੀ ਗੱਲ ਨੂੰ ਹਾਂ ਕੱਲ ਨਹੀਂ ਆ ਥੋੜਾ ਡਰ ਲੱਗ ਰਿਹਾ ਨਰਵਸ ਆ ਬਸ ਕੀ ਮਤਲਬ ਇੰਨੇ ਸਾਰੇ ਪੋਪੂਲੇਸ਼ਨ 'ਚ ਨਹੀਂ ਬੋਲਿਆ ਜਾ ਸਕਦਾ ਇੰਡੀਵਿਜੁਅਲੀ ਆਪਾਂ ਬੋਲ ਸਕਦੇ ਹਾਂ ਨਾਲੇ ਬੋਲਣੇ ਵੀ ਇੰਗਲਿਸ਼ ਦੇ ਵਿੱਚ ਹਾਂ ਨਹੀਂ ਇੰਗਲਿਸ਼ ਦਾ ਤਾਂ ਕੋਈ ਡਰ ਨਹੀਂ ਬਸ ਇੰਨਾ ਦੇਖ ਕੇ ਨਾ ਥੋੜਾ ਨਰਵਸ ਜਿਹਾ ਫੀਲ ਹੁੰਦਾ ਇਸ ਕਰਕੇ ਅੱਛਾ ਤੁਹਾਨੂੰ ਆਉਂਦੀ ਹੈ ਪੰਜਾਬੀ ਦੇ ਵਿੱਚ ਨਹੀਂ ਹਿੰਦੀ 'ਚ ਆਉਂਦੀ ਹਾਂ ਪਰ ਮੈਂ ਪੁੱਛਾਂ ਹਾਂ ਹਾਂ ਠੀਕ ਹੈ 89 ਨੂੰ ਕੀ ਕਹਿੰਦੇ ਹਾਂ 79 ਕਿਉਂਕਿ ਜੇ ਪੈਸਾ ਵਾ ਸਾਰੇ ਫੈਮਿਲੀ ਖੁਸ਼ ਰਹਿੰਦੀ ਆ ਜੋ ਵੀ ਕੁਝ ਆਪਾਂ ਨੂੰ ਚਾਹੀਦਾ ਉਹ ਆਪਾਂ ਅਚੀਵ ਕਰ ਸਕਦੇ ਹਾਂ ਤੇ ਬਸ ਪੈਸਾ ਕਮਾਉਣਾ ਤਾਂ ਫਸਟ ਪ੍ਰਾਇਓਰਟੀ ਆ ਸੋ ਜਿਵੇਂ ਕਿ ਅਸੀਂ ਸਟੂਡੈਂਟਸ ਨਾਲ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਕਾਲਜ ਲਾਈਫ ਦੀ ਕਾਲਜ ਲਾਈਫ ਨੂੰ ਬਹੁਤ ਜ਼ਿਆਦਾ ਬਾਕਾਇਦੇ ਨਾਲ ਇਹਨੇ ਇੰਜੋਏ ਕਰ ਰਹੇ ਨੇ ਜੇ ਗੱਲ ਕੀਤੀ ਜਾਵੇ ਖੱਪ ਦੀ ਖੱਪ ਵੀ ਬਹੁਤ ਜ਼ਿਆਦਾ ਪਾਉਂਦੇ ਨੇ ਪਰ ਇੱਕ ਗੱਲ ਬੜੀ ਸਿਆਣੀ ਲੱਗੀ ਕਿ ਕਾਲਜ ਦੇ ਵਿੱਚ ਜਿਹੜੀ ਸਟੱਡੀ ਹੁੰਦੀ ਆ ਉਹਨੂੰ ਲੈ ਕੇ ਵੀ ਬੜੀ ਹੀ ਜ਼ਿੰਮੇਵਾਰੀ ਨਾਲ ਆਪਣੀ ਸਟੱਡੀ ਜਿਹੜੀ ਹੈ ਪੂਰੀ ਕਰ ਰਹੇ ਨੇ ਅਤੇ ਪ੍ਰੈਜੈਂਟੇਸ਼ਨ ਤੋਂ ਵੀ ਡਰਦੇ ਨੇ ਪਰ ਕਿਤੇ ਨਾ ਕਿਤੇ ਉਹਨੂੰ ਪੂਰੇ ਵੀ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਆ ਅਤੇ ਤੁਹਾਨੂੰ ਕੀ ਲੱਗਦਾ ਆ ਤੁਸੀਂ ਤੁਹਾਨੂੰ ਆਪਣੇ ਕਾਲਜ ਦੇ ਦਿਨ ਕਿਹੜੇ ਯਾਦ ਆਏ ਆ ਅਤੇ ਕਿਹੜੇ ਤੁਹਾਡੀ ਯਾਦਾਂ ਜਿਹੜੀਆਂ ਨੇ ਵੀਡੀਓ ਨੂੰ ਦੇਖ ਕੇ ਨਵੀਆਂ ਹੋਈਆਂ ਨੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਨੇਹਾ ਮਲਿਕ ਕੈਮਰਾ ਪਰਸਨ ਕਰਨ ਕੁਮਾਰ ਲਾ